ਗਲੋਬਲ ਪੰਜਾਬ ਟੀਵੀ ਤੇ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਦਾ ਸਵਾਗਤ ਹੈ। ਪੰਜਾਬ 'ਚ ਸਰਬੱਤ ਖਾਲਸਾ ਤੋਂ ਬਾਅਦ ਜਿਹੜੀ ਇੱਕ ਬਹੁਤ ਵੱਡੀ ਚੁਣੌਤੀ ਉਭਰੀ, ਉਸ ਚੁਣੌਤੀ ਨੂੰ ਕਬੂਲ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਨੇ ਪਹਿਲੀ ਵਾਰ ਬਠਿੰਡਾ ਵਿਖੇ ਸਦਭਾਵਨਾ ਰੈਲੀ ਦਾ ਆਯੋਜਨ ਕੀਤਾ। ਇਹ ਸੁਭਾਵਿਕ ਸੀ ਕਿ ਇਸ ਰੈਲੀ 'ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ। ਅਸਲ ਵਿੱਚ ਜੇ ਦੇਖਿਆ ਜਾਵੇ ਤਾਂ ਪੰਜਾਬ ਅੰਦਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਬਾਅਦ ਜੋ ਲਗਾਤਾਰ ਮਾਰ ਸ਼੍ਰੋਮਣੀ ਅਕਾਲੀ ਦਲ ਨੂੰ ਪਈ, ਉਸ 'ਚ ਜੇ ਉੱਭਰਨ ਬਾਰੇ ਇੱਕ ਚੁਣੌਤੀ ਦੇ ਤੌਰ 'ਤੇ ਉਹਨਾਂ ਨੇ ਇਸ ਗੱਲ ਨੂੰ ਕਬੂਲ ਕੀਤਾ ਤਾਂ ਉਸ ਬਠਿੰਡਾ ਦੀ ਸਦਭਾਵਨਾ ਰੈਲੀ। ਇਹ ਵੀ ਸਹੀ ਹੈ ਕਿ ਉਹਨਾਂ ਨੇ ਇਸ ਰੈਲੀ 'ਤੇ ਪੰਜਾਬ ਦੇ ਲੋਕਾਂ ਨੂੰ ਇੱਕ ਸੁਨੇਹਾ ਦੇਣ ਦਾ ਯਤਨ ਜ਼ਰੂਰ ਕੀਤਾ, ਪਰ ਵਿਰੋਧੀ ਧਿਰ ਦਾ ਕਹਿਣਾ ਕਿ ਜਿਸ ਤਰ੍ਹਾਂ ਦੇ ਮੁੱਦੇ ਉੱਥੇ ਲੈ ਕੇ ਆਏ ਆ ਰੈਲੀ ਦੇ 'ਚ, ਉਹ ਕਿ ਸੁਨੇਹਾ ਕਾਮਯਾਬੀ ਵਾਲਾ ਸੁਨੇਹਾ ਨਹੀਂ ਕਿਹਾ ਜਾ ਸਕਦਾ। ਸਾਰੀਆਂ ਧਿਰਾਂ ਦੀ ਆਪੋ ਆਪਣੀ ਰਾਏ ਹੈ, ਔਰ ਇਹਦੇ 'ਤੇ ਵੀ ਸਿਖਰ ਇਸ ਗੱਲ ਦਾ ਇਹ ਹੈ ਕਿ ਜਿਹੜੀ ਸਦਭਾਵਨਾ ਰੈਲੀ ਰੱਖੀ ਗਈ, ਕਿ ਉਹ ਵਾਕਈ ਸਦਭਾਵਨਾ ਰੈਲੀ ਸੀ ਜਾਂ ਜਿਹੜੀ ਇੱਕ ਦੂਜੇ ਦੇ ਦੂਸ਼ਣਾਂ ਦੇ 'ਚ ਉਲਝ ਕੇ ਰਹਿ ਗਈ। ਇਹਨਾਂ ਸਾਰੇ ਮੁੱਦਿਆਂ 'ਤੇ ਸਾਡੇ ਚਰਚਾ 'ਚ ਨਾਲ ਜਿਹੜੇ ਖਾਸ ਮਹਿਮਾਨ ਹਾਜ਼ਰ ਨੇ, ਕਰਨਲ ਸੀ ਡੀ ਸਿੰਘ ਕੰਬੋਜ, ਜਿਹੜੇ ਆਮ ਆਦਮੀ ਪਾਰਟੀ ਦੇ ਨੇਤਾ, ਔਰ ਮੈਂ ਸਾਡੇ ਦਰਸ਼ਕਾਂ ਲਈ ਇਹ ਦੱਸਣਾ ਚਾਹੁੰਦਾ ਕਿ ਕਰਨਲ ਸੀ ਡੀ ਕੰਬੋਜ ਨੂੰ ਅਸੀਂ ਆਮ ਆਦਮੀ ਪਾਰਟੀ ਦੇ ਨੇਤਾ ਦੇ ਤੌਰ 'ਤੇ ਅੱਜ ਪਹਿਲੀ ਵਾਰ ਇੱਥੇ ਜੀ ਆਖਦਾ ਹੈ, ਕਿਉਂਕਿ ਇਸ ਤੋਂ ਪਹਿਲਾਂ ਇਹ ਕਾਂਗਰਸ ਪਾਰਟੀ ਦੇ ਨੁਮਾਇੰਦੇ ਦੇ ਤੌਰ 'ਤੇ ਸਾਡੇ ਪੈਨਲ ਨੂੰ ਜੁਆਇਨ ਕਰਦੇ ਰਹੇ ਹੈ। ਸਾਡੇ ਨਾਲ ਪੈਨਲ 'ਚ ਦੂਜੇ ਖਾਸ ਮਹਿਮਾਨ ਬੀਬੀ ਪਰਮਜੀਤ ਕੌਰ ਲਾਂਡਰਾਂ, ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਦੀ ਨੁਮਾਇੰਦਗੀ ਕਰਦੇ ਨੇ, ਸੀਨੀਅਰ ਨੇਤਾ ਨੇ, ਇੰਦਰਪ੍ਰੀਤ ਸਿੰਘ ਜਿਹੜੇ ਸਾਡੇ ਸ਼ਹਿਰ ਦੇ ਚੰਡੀਗੜ੍ਹ ਦੇ ਸੀਨੀਅਰ ਜਰਨਲਿਸਟ। ਮੈਂ ਤਿੰਨਾਂ ਹੀ ਮਹਿਮਾਨਾਂ ਨੂੰ ਜੀ ਐਂ ਆਖਦਾ ਜੀ। ਬੀਬੀ ਲਾਂਡਰਾਂ ਜੀ, ਜਦੋਂ ਆਪਾਂ ਅੱਜ ਬਠਿੰਡਾ ਰੈਲੀ ਦੇ ਮੁੱਦੇ 'ਤੇ ਚਰਚਾ ਕਰਦੇ ਹਾਂ, ਤੁਸੀਂ ਕਿਸ ਨਜ਼ਰੀਏ ਤੋਂ ਦੇਖਦੇ ਹੋ ਕਿ ਉਸ ਰੈਲੀ ਨੂੰ ਕੋਈ ਪਰਮਾ ਹੰਗਾਰਾ ਮਿਲਿਆ ਜਾਂ ਕਿੱਦਾਂ ਦਾ ਹੰਗਾਰਾ ਮਿਲਿਆ, ਤੁਹਾਡੀ ਕੀ ਅਪਰੋਚ ਹੈ? ਅੱਜ ਦੀ ਜੋ ਬਠਿੰਡੇ 'ਚ ਸਦਭਾਵਨਾ ਰੈਲੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੀ ਗਈ ਹੈ, ਭਾਰਤੀ ਜਨਤਾ ਪਾਰਟੀ ਵੀ ਉਸਦੇ ਵਿੱਚ ਇੱਕ ਹਿੱਸੇ ਦੇ ਤੌਰ 'ਤੇ ਸ਼ਾਮਿਲ ਹੋਈ ਹੈ ਜੀ। ਸਾਡੀ ਉਮੀਦ ਨਾਲੋਂ ਕਿਤੇ ਵੱਧ ਜਾ ਕੇ ਉਹ ਰੈਲੀ ਹੈ ਜਿਹੜੀ ਉਹ ਕਾਮਯਾਬ ਰਹੀ ਹੈ। ਓਕੇ, ਜੋ ਸਾਡਾ ਮਕਸਦ ਸੀ ਕਿ ਜਿਸ ਤਰ੍ਹਾਂ ਦਾ ਮਾਹੌਲ ਵਿਰੋਧੀਆਂ ਵੱਲੋਂ ਪਿਛਲੇ ਕੁਛ ਸਮੇਂ ਤੋਂ ਕ੍ਰੀਏਟ ਕੀਤਾ ਗਿਆ ਸੀ, ਉਸ ਮਾਹੌਲ ਦਾ ਜਵਾਬ ਦੇਣ ਵਾਸਤੇ ਰੈਲੀ ਅੱਜ ਵਕਤ ਦੀ ਲੋੜ ਸੀ ਜੀ ਜੀ। ਔਰ ਮੈਂ ਵੱਡੀ ਗੱਲ ਮੈਂ ਇਸ ਰੈਲੀ ਦੀ ਕਾਮਯਾਬੀ ਦੇ ਵਿੱਚ ਮੈਂ ਇਹ ਸਮਝਦੀ ਹਾਂ ਕਿ ਇਹ ਰੈਲੀ ਉਸ ਧਰਤੀ 'ਤੇ ਹੋਈ ਜਿੱਥੇ ਪਿਛਲੇ ਕੁਛ ਸਮੇਂ ਦੌਰਾਨ ਕੁਦਰਤੀ ਕਰੋਪੀ ਜਿਵੇਂ ਚਿੱਟੇ ਮੱਛਰ ਦੀ ਮਾਰ ਪਈ ਹੈ, ਕਿਸਾਨ ਵੀ ਔਖੇ ਸੀ, ਫਿਰ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਦੀਆਂ ਜਿਹੜੀਆਂ ਘਟਨਾਵਾਂ ਨੇ ਵੀ ਉਹ ਵੀ ਉਸ ਧਰਤੀ 'ਤੇ ਹੋਈਆਂ, ਅਤੇ ਇਹ ਵੀ ਕਿਹਾ ਗਿਆ ਕਿ ਜਿਹੜਾ ਪਿਛਲੇ ਦਿਨੀ ਅਖੌਤੀ ਸਰਬੱਤ ਖਾਲਸਾ ਮੈਂ ਕਹਾਂਗੀ ਜੀ, ਉਹਦੇ ਵਿੱਚ ਇਹ ਆਮ ਪ੍ਰਚਾਰ ਕੀਤਾ ਜਾ ਰਿਹਾ ਸੀ ਕਿ ਉਸ ਇਕੱਠ ਦੇ ਵਿੱਚ 80% ਜਿਹੜੇ ਲੋਕ ਨੇ ਉਹ ਇਸ ਮਾਲਵਾ ਪੱਟੀ 'ਚੋਂ ਗਏ ਨੇ, ਨਰਮਾ ਪੱਟੀ ਜੀ ਜੀ, ਅਤੇ ਅੱਜ ਉੱਥੇ ਲੱਖਾਂ ਦੀ ਤਾਦਾਦ ਦੇ ਵਿੱਚ ਉਹਨਾਂ ਜ਼ਿਲ੍ਹਿਆਂ ਦੇ ਲੋਕਾਂ ਨੇ ਇਕੱਠ ਕਰਕੇ ਦੱਸ ਦਿੱਤਾ ਹੈ ਕਿ ਅਸੀਂ ਅੱਜ ਵੀ ਸਦਭਾਵਨਾ ਚਾਹੁੰਦੇ ਹਾਂ, ਭਾਈਚਾਰਾ ਚਾਹੁੰਦੇ ਹਾਂ, ਅਤੇ ਸ਼੍ਰੋਮਣੀ ਅਕਾਲੀ ਦਲ ਹੀ ਇੱਕ ਅਜਿਹੀ ਪਾਰਟੀ ਹੈ ਜੋ ਸਾਡੇ ਇਹਨਾਂ ਇਸ ਮਕਸਦ ਦੇ ਵਿੱਚ ਸਾਨੂੰ ਅੱਗੇ ਲਿਜਾ ਸਕਦੀ ਹੈ, ਅਤੇ ਬਾਕੀ ਪਾਰਟੀਆਂ ਨੂੰ ਬੜਾ ਮੂੰਹ ਤੋੜ ਜਵਾਬ ਉਹਨਾਂ ਨੇ ਕੱਢ ਕੇ ਓਕੇ ਓਕੇ ਬੀਬਲ ਜੀ, ਮੈਂ ਤਾਂ ਮੇਰੇ ਇੱਕ ਕੁਐਸਚਨ ਜ਼ਰੂਰ ਕਰਨਾ ਚਾਹਾਂਗਾ। ਜਦੋਂ ਤੁਸੀਂ ਕਿਹਾ ਕਿ ਲੱਖਾਂ ਦੀ ਗਿਣਤੀ 'ਚ ਲੋਕ ਪਹੁੰਚੇ ਹੈ, ਵਿਰੋਧੀ ਧਿਰ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਵੀ ਇਸ ਰੈਲੀ 'ਚ ਸ਼ਾਮਿਲ ਹੋਣ ਦੇ ਲਈ ਸਰਕਾਰੀ ਤਾਮ ਚਾਮ ਪੂਰੀ ਉਸਦੀ ਖੁੱਲ੍ਹ ਕੇ ਵਰਤੋਂ ਕੀਤੀ ਗਈ ਹੈ ਤਾਂ ਕਿ ਲੋਕ ਜਿਹੜੇ ਉੱਥੇ ਇਕੱਠੇ ਹੋਣ। ਕੋਈ ਥਾਵਾਂ 'ਤੇ ਇਹ ਵੀ ਦਿਖਾਇਆ ਗਿਆ ਕਿ ਜਿਹੜੇ ਮਨਰੇਗਾ ਦੇ ਵਰਕਰ ਆ ਜਾਂ ਦੂਸਰੇ ਲੋਕ ਆ ਉਹਨਾਂ ਨੂੰ ਵੀ ਰੈਲੀ 'ਚ ਟੋਇਆ ਗਿਆ। ਦੇਖੋ, ਪਹਿਲੀ ਗੱਲ ਇਹ ਵਿਰੋਧੀਆਂ ਦੇ ਕੋਲ ਇੱਕ ਗੱਲ ਸਭ ਤੋਂ ਵੱਡਾ ਪੁਆਇੰਟ ਇਹ ਤਾਂ ਉਹਨਾਂ ਨੇ ਕਹਿਣਾ ਹੀ ਹੁੰਦਾ, ਸਾਨੂੰ ਇਸ ਗੱਲ ਦਾ ਕੋਈ ਦੁੱਖ ਵੀ ਨਹੀਂ, ਪਰ ਜਿਸ ਤਰੀਕੇ ਨਾਲ ਕਿ ਧੱਕੇ ਨਾਲ ਆ ਪੈਸੇ ਦੇ ਕੇ ਆ ਸਰਕਾਰੀ ਮਸ਼ੀਨਰੀ ਦੀ ਵਰਤੋਂ ਕਰਕੇ, ਉਹ ਤੁਸੀਂ ਕੁਛ ਬੰਦਿਆਂ ਨੂੰ ਤਾਂ ਲਿਆ ਸਕਦੇ ਹੋ, 100 ਨੂੰ, 1000 ਨੂੰ, ਪਰ ਲੱਖਾਂ ਦੀ ਗਿਣਤੀ ਦੇ ਵਿੱਚ ਬੰਦਿਆਂ ਨੂੰ ਲੈ ਕੇ ਆਉਣਾ ਰੈਲੀ ਦੀ ਥਾਂ, ਔਰ ਉਹਨਾਂ ਨੂੰ ਉਹ ਜਿਸ ਤਰੀਕੇ ਨਾਲ ਉਹਨਾਂ ਨੇ ਬੜੇ ਠੰਮੇ ਦੇ ਨਾਲ ਸਾਰਿਆਂ ਨੂੰ ਸੁਣਿਆ ਹੈ, ਔਰ ਵੱਡੀ ਗੱਲ ਜਿਹੜੀ ਸਭ ਤੋਂ ਵਧੀਆ ਗੱਲ ਮੈਨੂੰ ਲੱਗੀ ਉਹਦੇ 'ਚ ਇਹ ਕਿ ਵੱਡੀ ਗਿਣਤੀ ਦੇ ਵਿੱਚ ਹਿੰਦੂ ਭਾਈਚਾਰਾ, ਵੱਡੀ ਗਿਣਤੀ ਦੇ ਵਿੱਚ ਮਹਿਲਾਵਾਂ ਜਿਹੜੀਆਂ ਆਮ ਤੌਰ 'ਤੇ ਰੈਲੀਆਂ ਦੇ ਵਿੱਚੋਂ ਮਨਫੀ ਹੁੰਦੀਆਂ ਨੇ, ਅਤੇ ਵੱਡੀ ਗਿਣਤੀ ਦੇ ਵਿੱਚ ਜਿਸ ਨੂੰ ਕਿ ਆਪ ਸੀ ਡੀ ਕੰਬੋਜ ਜੀ ਬੈਠੇ ਨੇ, ਆਪ ਆਪਣੀ ਆਪਣੇ ਪਾਲੇ 'ਚ ਗਿਣਦਾ ਹੈ ਕਿ ਜਿਹੜਾ ਯੂਥ ਹੈ ਪੰਜਾਬ ਦਾ ਉਹ ਸਾਡੇ ਪਾਲੇ 'ਚ ਹੈ, ਸੋਸ਼ਲ ਮੀਡੀਆ ਦਾ ਜੋ ਕ੍ਰੀਏਟ ਕੀਤਾ ਇੱਕ ਹਾਈਪ ਹੈ, ਅੱਜ ਵੱਡੀ ਗਿਣਤੀ ਦੇ ਵਿੱਚ ਯੂਥ ਨੇ ਵੀ ਇਸ ਰੈਲੀ ਦੇ ਵਿੱਚ ਸ਼ਾਮਿਲ ਹੋ ਕੇ ਸ਼ਾਂਤੀਪੂਰਵਕ ਪੰਜਾਬ ਨੂੰ ਦੱਸਦਾ ਕਿ ਇਹਨਾਂ ਸਾਰੀਆਂ ਧਿਰਾਂ ਦਾ ਜੇਕਰ ਕੋਈ ਕੋਈ ਪਹਿਰੇਦਾਰ ਹੈ ਤਾਂ ਸਿਰਫ ਸ਼੍ਰੋਮਣੀ ਅਕਾਲੀ ਦਲ ਜੀ। ਓਕੇ ਬੀਬਾ ਜੀ, ਜੀ ਬਿਲਕੁਲ ਸਹੀ, ਅਸੀਂ ਜਾਣਨਾ ਚਾਹੁੰਦੇ ਹਾਂ ਕਰਨ ਸੀ ਡੀ ਕੰਬੋਜ ਜਿਹੜੇ ਇਹਨਾਂ ਨੇ ਕਮੈਂਟਸ ਕੀਤੇ ਹੈ ਕਿ ਬਠਿੰਡਾ ਜਿਹੜੀ ਸਦਭਾਵਨਾ ਰੈਲੀ ਹੋਈ ਹੈ ਜਿਹਦੇ ਨਾਲ ਕਹਿਣਾ ਕਿ ਬਹੁਤ ਵੱਡਾ ਰਿਸਪੋਂਸ ਮਿਲਿਆ, ਔਰ ਜਿਹੜੀ ਤੁਸੀਂ ਆਪਣੀ ਆਮ ਆਦਮੀ ਪਾਰਟੀ ਦਾ ਜਿਹੜਾ ਉਹਨਾਂ ਦਾ ਸੈਗਮੈਂਟ ਹੈਗਾ ਉਹ ਕਹਿੰਦੇ ਕਿ ਸਾਡੇ ਵੱਲ ਕਾਫੀ ਵੱਡੀ ਗਿਣਤੀ 'ਚ ਯੂਥ ਅਤੇ ਦੂਜੇ ਲੋਕ ਵੀ ਉੱਥੇ ਆਏ ਸੀ, ਕੀ ਕਹੋਗੇ? ਆਪਾਂ ਬਾਹਰ ਜਿਹੜੀ ਤੁਸੀਂ, ਤੁਹਾਡੇ ਕੋਲ ਤਾਂ ਜਗ੍ਹਾ ਜਗ੍ਹਾ ਤੋਂ ਰਿਪੋਰਟ ਆਈ ਹੈ, ਓਕੇ ਤਾਂ ਇਹੀ ਹੈ ਨਾ, ਓਕੇ ਕਿਸੇ ਨੇ ਵੀ 1 ਲੱਖ ਤੋਂ ਵੱਧ ਨਹੀਂ ਕਿਹਾ ਜੀ ਜੀ, ਪਰ
ਇਸ ਗੱਲ ਨੂੰ ਕਿ 1 ਲੱਖ ਬੰਦਾ 90,000 ਤੁਸੀਂ ਕਿਹਾ, ਮੈਂ 1 ਲੱਖ ਮੰਨ ਲੈਂਦਾ ਜੀ, 1 ਲੱਖ ਬੰਦਾ ਸਰਕਾਰ ਵਾਸਤੇ ਇਕੱਠਾ ਕਰਨਾ ਕੋਈ ਔਖੀ ਗੱਲ ਨਹੀਂ। ਓਕੇ, ਹਜ਼ਾਰਾਂ ਬੰਦੇ ਤਾਂ ਉਹਦੇ ਵਿੱਚ ਉਹ ਸੀ ਜਿਹੜੇ ਪੁਲਿਸ ਵਾਲੇ ਚਿੱਟ ਕੱਪੜੀਏ, ਤੁਸੀਂ ਆਪੇ ਹੀ ਕਹਿਤਾ ਮਨਰੇਗਾ ਵਾਲੇ, ਔਰ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਨੇ। ਮੈਂ ਉਸ 'ਚ ਨਹੀਂ ਜਾਣਾ ਚਾਹੁੰਦਾ ਕਿ ਸ਼ਰਾਬ ਵੰਡੀ ਗਈ, ਭੁੱਕੀ ਵੰਡੀ ਗਈ, ਜੋ ਕੁਛ ਵੀ ਹੋਇਆ, ਪਰ ਇਸ ਗੱਲ ਨੂੰ ਛੱਡੋ, ਸਰਕਾਰ ਲਈ 50,000, 60,000, 80,000 ਲੱਖ ਬੰਦਾ ਇਕੱਠਾ ਕਰਨਾ ਇਜ਼ ਨੋਟ ਏ ਪ੍ਰੋਬਲਮ, ਔਰ ਇਕੱਠ ਕਰਕੇ ਦਿਖਾਉਣਾ ਉਹ ਕੋਈ ਪੈਮਾਨਾ ਨਹੀਂ ਹੈ। 1997 ਦੇ ਵਿੱਚ ਤੁਸੀਂ ਉਹ ਰੈਲੀ ਕਵਰ ਕਰ ਰਹੇ ਸੀ, ਬੀਬੀ ਪਟੇਲ CM ਸੀ ਜੀ, ਬੜੀ ਵੱਡੀ ਰੈਲੀ ਕੀਤੀ, ਬੰਦੇ ਕਿੰਨੇ ਜਿੱਤੇ? 14। ਬਹੁਜਨ ਸਮਾਜ ਪਾਰਟੀ ਦਾ ਮੈਂ ਉਦੋਂ ਪ੍ਰਧਾਨ ਸੀ, ਸਾਡੀ ਰੈਲੀ ਉਹਨਾਂ ਤੋਂ ਵੀ ਵੱਡੀ ਸੀ, ਬੰਦੇ ਕਿੰਨੇ ਜਿੱਤੇ? 1। ਓਕੇ, ਤੁਹਾਨੂੰ ਲੱਗਦਾ ਕਿ ਰੈਲੀ ਕੋਈ ਆਪਣਾ ਆਪ 'ਚ ਪੈਮਾਨਾ ਨਹੀਂ ਹੈ ਕਿ ਲੋਕ ਉਹਨਾਂ ਦੇ ਨਾਲ ਨਹੀਂ? ਸਰਕਾਰ ਕੱਟ ਕਰੇ ਜੀ, ਸਰਕਾਰ ਕੱਟ ਕਰੇ 50,000, 60,000, 1 ਲੱਖ ਬੰਦਾ, ਓਕੇ, ਇਟਸ ਨੋਟ ਏ ਪ੍ਰੋਬਲਮ। ਹਜ਼ਾਰਾਂ ਤਾਂ ਗੱਡੀਆਂ ਤਾਂ ਤੁਸੀਂ ਇਹਨਾਂ ਨੇ ਵਿਗਾੜ ਦੇ ਉੱਤੇ ਲਿਆ ਦਿੰਦੀਆਂ, ਉਹਦੇ ਤਾਂ 2 ਨਜ਼ਰਬ ਦੇ ਦਿਓ, 1 ਡਰਾਈਵਰ ਕੰਡਕਟਰ, ਉਹ ਹੀ 1,000 ਬੰਦਾ ਬਣ ਜਾਂਦਾ ਨਾ। ਬਟ ਦੈਟ ਇਜ਼ ਨੋਟ ਇਸ਼ੂ, ਇਸ਼ੂ ਇਹ ਹੈ, ਮੁੱਦਾ ਇਹ ਹੈ ਕਿ ਇਹਨਾਂ ਨੂੰ ਇਹ ਸਦਭਾਵਨਾ ਕਾਹਦੀ ਸਦਭਾਵਨਾ ਜੀ ਜੀ, ਮੈਨੂੰ ਤਾਂ ਇਸ ਅੱਖਰ ਦਾ ਹੀ ਸਮਝ ਨਹੀਂ ਆਇਆ ਕਿ ਸਦਭਾਵਨਾ ਦਾ ਮਤਲਬ ਕੀ ਹੈ ਇੱਥੇ। ਤੁਸੀਂ ਮੁੱਦਾ ਕੀ ਹੈ? ਮੁੱਦਾ ਇਹ ਹੈ ਲੋਕਾਂ ਦਾ ਗੁੱਸਾ ਜਿਹੜਾ ਉੱਭਰ ਕੇ ਆਇਆ, ਜਿਹਨੂੰ ਬੀਬੀ ਕਹਿ ਰਹੀ ਹੈ ਅਖੌਤੀ ਸਰਬੱਤ ਖਾਲਸਾ ਐਗਰੀ, ਪਰ ਉਹ ਲੋਕ ਬਿਨਾਂ ਬੁਲਾਏ, ਬਿਨਾਂ ਗੱਡੀਆਂ ਤੋਂ ਜੀ, ਬਿਨਾਂ ਕਿਸੇ ਹੋਰ ਲਾਲਚ ਤੋਂ ਉੱਥੇ ਪਹੁੰਚੇ, ਕੌਣ ਲੋਕ ਸੀ? ਔਰ ਉਹਨਾਂ ਦੇ ਮਨ ਵਿੱਚ ਕੀ ਗੁੱਸਾ ਸੀ? ਗੁੱਸਾ ਇਹ ਸੀ ਕਿ ਗੁਰੂ ਮਹਾਰਾਜ ਦੀ ਬੀੜ ਦੀ ਬੇਅਦਬੀ ਹੋਈ ਹੈ, 1 ਜੂਨ ਨੂੰ ਗੁਰੂ ਮਹਾਰਾਜ ਬਾਬਾ ਜੀ ਦੀ ਬੀੜ ਗੁੰਮ ਹੋ ਗਈ ਜੀ ਜੀ, ਸਰਕਾਰ ਨੇ ਕੋਈ ਐਕਸ਼ਨ ਨਹੀਂ ਲਿਆ, ਅੱਜ ਤਾਈਂ ਵੀ ਨਹੀਂ ਫੜੇ ਗਏ। 12 ਅਕਤੂਬਰ ਤੱਕ ਕੋਈ ਐਕਸ਼ਨ ਨਹੀਂ ਹੋਇਆ। 12 ਅਕਤੂਬਰ ਨੂੰ ਸਵੇਰੇ 5 ਵਜੇ ਆਰਾਮ ਨਾਲ ਜਪਜੀ ਸਾਹਿਬ ਦਾ ਪਾਠ ਕਰਦੇ ਲੋਕਾਂ ਦੇ ਉੱਤੇ ਤੁਸੀਂ ਗੋਲੀਆਂ ਭਰਾ ਦਿਓ, 2 ਬੰਦੇ ਮਰ ਜਾਣ। ਗੁੱਸਾ ਉਸ ਗੱਲ ਦਾ ਸੀ, ਜਗਤਾਰ ਸਿੱਧੂ ਸਾਹਿਬ ਜੀ, ਗੁੱਸਾ ਇਸ ਗੱਲ ਦਾ ਸੀ ਕਿ ਉਹਦੇ ਵਿੱਚ 2 ਨਿਰਦੋਸ਼ੀਆਂ ਨੂੰ ਫੜ ਲਿਆ, ਫਿਰ ਛੱਡਣਾ ਪਿਆ। ਗੁੱਸਾ ਇਸ ਗੱਲ ਦਾ ਸੀ ਕਿ ਅਕਾਲ ਤਖ਼ਤ ਦੇ ਜਥੇਦਾਰ ਦੀ ਜਿਹੜੀ ਉਹ ਪੁਜ਼ੀਸ਼ਨ ਹੈ ਉਹਨੂੰ ਕਠਪੁਤਲੀ ਬਣਾ ਕੇ ਰੱਖ ਦਿੱਤਾ। ਗੁੱਸਾ ਇਸ ਗੱਲ ਦਾ ਸੀ ਜਿਹੜੀ ਬੀਬੀ ਕਹਿ ਰਹੀ ਹੈ ਕਿ ਕਰੋਪੀ ਹੋਈ, ਕਰੋਪੀ ਨਹੀਂ ਹੋਈ, ਡਗਲੀ ਪੈਸਟੀਸਾਈਡਸ ਦੇ ਕਰਕੇ ਉਹ ਕਿਸਾਨਾਂ ਵਿੱਚ ਗੁੱਸਾ ਸੀ। ਔਰ ਚਲੋ ਤੁਸੀਂ ਮੈਨੂੰ ਓਕੇ ਕਹਿ ਰਹੇ ਹੋ, ਮੈਂ ਰੁਕ ਜਾਂਦਾ, ਲੇਕਿਨ ਇੱਕ ਲੰਬੀ ਲਿਸਟ ਓਕੇ ਕਹੂੰ ਜੀ, ਬਿਲਕੁਲ ਬਿਲਕੁਲ ਚੱਲੇਗਾ ਸੀ। ਓਕੇ, ਤੁਸੀਂ ਇਸ਼ੂ ਜਿਹੜੇ ਬਿਆਨ ਕੀਤੇ ਹੈ, ਜੇ ਆਪਾਂ ਗੱਲ ਕਰਦੇ ਹਾਂ ਇਹਦੇ ਵਿੱਚ, ਜਿਹੜਾ ਉੱਥੇ ਹੰਗਾਰਾ ਮਿਲਿਆ, ਜਿਸ ਤਰ੍ਹਾਂ ਦਾ ਰਿਸਪੌਂਸ ਆ ਬੀਬੀ ਲਾਂਡਰਾ ਦੀ ਆਪਣੀ ਰਹੇ ਹੈ, ਕਾਂਗਰਸ CD ਦੀ ਆਪਣੀ ਰਹੇ ਹੈ, ਬੀਂਗ ਏ ਪੱਤਰਕਾਰ, ਤੁਸੀਂ ਕੀ ਦੇਖਦੇ ਹੋ ਕਿ ਜਿਹੜੀ ਬਠਿੰਡਾ ਦੀ ਸਦਭਾਵਨਾ ਰੈਲੀ ਹੈ ਉਹਦੇ ਅੱਜ ਜੋ ਇਕੱਠ ਹੋਇਆ ਜਾਂ ਲੋਕ ਆਏ, ਕਿਸ ਤਰ੍ਹਾਂ ਦਾ ਰਿਸਪੌਂਸ ਤੁਹਾਨੂੰ ਲੱਗਦਾ ਹੈ? ਨਹੀਂ ਦੇਖੋ, ਰਿਸਪੌਂਸ ਪੱਖੋਂ ਤਾਂ ਕੋਈ ਇਹ ਨਹੀਂ ਹੋ ਸਕਦਾ ਕਿ ਵੀ ਘੱਟ ਰਿਸਪੌਂਸ ਹੈ, ਰੈਲੀ ਦੇਖ ਕੇ ਪਤਾ ਲੱਗਦਾ ਕਿ ਅੱਛੀ ਹੈ, ਇੰਪ੍ਰੈਸਿਵ ਰੈਲੀ ਹੈ ਜੀ। ਪਰ ਜਿਵੇਂ ਕੰਬੋਜ ਸਾਹਿਬ ਕਹਿ ਰਿਹਾ ਕਿ 1 ਸਰਕਾਰ ਲਈ ਕੋਈ ਮੁਸ਼ਕਿਲ ਗੱਲ ਨਹੀਂ ਹੈ 1 ਲੱਖ ਬੰਦਾ ਕਰਨਾ, ਔਰ ਗੱਲ ਵੀ ਹੈ ਜੀ ਜੀ, 1 ਲੱਖ ਬੰਦਾ ਕਰਨਾ ਕੋਈ ਬਹੁਤੇ ਵੱਡਾ ਚੈਲੰਜ ਨਹੀਂ ਹੁੰਦਾ ਜਦੋਂ ਤੁਸੀਂ ਇਸ ਗੱਲ 'ਤੇ ਆ ਜਾਓ ਕਿ ਆਪਾਂ ਚੁਣੌਤੀ ਮੰਨਦੇ ਹੋ। ਹਾਂ, ਜਦੋਂ ਤੁਸੀਂ ਮਤਲਬ ਆਰ ਪਾਰ ਦੀ ਲੜਾਈ ਦੇ ਮੂਡ 'ਚੋਂ ਔਰ ਸਾਰੀ ਸ਼ਕਤੀ ਤੁਸੀਂ ਲਗਾਤੀ ਹੈ, ਤਾਂ ਫਿਰ 1 ਲੱਖ ਦੀ ਰੈਲੀ ਕਰਨਾ ਕੋਈ ਵੱਡੀ ਗੱਲ ਨਹੀਂ ਹੈ ਜੀ ਜੀ। ਅਸਲੀ ਹੈ ਜੋ ਇਹ ਗੱਲ ਬਿਲਕੁਲ ਠੀਕ ਹੈ ਕਿ ਸਦਭਾਵਨਾ ਕਿਸ ਚੀਜ਼ ਦੀ, ਮਾਹੌਲ ਜੋ ਥੱਲੇ ਹੈ ਉਹ ਸਾਡੇ ਫਿਰਕਿਆਂ ਦਾ ਖਰਾਬ ਨਹੀਂ ਹੈ, ਹਿੰਦੂਆਂ ਦਾ ਸਿੱਖਾਂ ਨਾਲ ਕੋਈ ਪ੍ਰੋਬਲਮ ਨਹੀਂ ਹੈ, ਸਿੱਖਾਂ ਨੂੰ ਮੁਸਲਮਾਨਾਂ ਨਾਲ ਕੋਈ ਪ੍ਰੋਬਲਮ ਨਹੀਂ ਹੈ, ਉਹਨਾਂ ਨਾਲ ਪ੍ਰੋਬਲਮ ਹੈ ਲੋਕਾਂ ਦੀ ਸਰਕਾਰ ਨਾਲ ਜੀ। ਜਦ ਤੱਕ ਉਹ ਇਸ਼ੂ ਅਸੀਂ ਟੈਕਲ ਨਹੀਂ ਕਰਾਂਗੇ ਸਦਭਾਵਨਾ ਨਹੀਂ ਆਏਗੀ। ਓਕੇ, ਮੇਰਾ ਸਿਰਫ ਅਤੇ ਸਿਰਫ ਇਹ ਮੰਨਣਾ ਹੈ ਕਿ ਸਰਕਾਰ ਨੂੰ ਬਜਾਏ ਹੁਣ ਤੁਸੀਂ ਜਿਵੇਂ ਸੁਖਬੀਰ ਜੀ ਦਾ ਪਿਛਲੇ 2-3 ਦਿਨ ਤੋਂ ਲਗਾਤਾਰ ਆ ਰਿਹਾ, ਉਹ ਚੁਣੌਤੀਆਂ ਦਿੰਦੇ ਪੇਸ਼, ਹਾਲਾਂਕਿ ਬਾਦਲ ਸਾਹਿਬ ਬਿਲਕੁਲ ਠੀਕ ਉਲਟਾ ਮਾਫੀਆਂ ਮੰਗ ਰਹੇ ਔਰ ਇਹ ਬਿਲਕੁਲ ਉਲਟੀ ਚੁਣੌਤੀਆਂ ਦੇ ਰਹੇ ਜੀ। ਜਾਂ ਜਿਸ ਤਰ੍ਹਾਂ ਤੁਸੀਂ ਕੱਲ੍ਹ ਪਰਸੋਂ ਮਲੂਕਾ ਸਾਹਿਬ ਵਾਲਾ ਦੇਖਿਆ ਕਿ ਉੱਥੇ ਇੱਕ ਬੰਦੇ ਨੇ ਉਹਨਾਂ ਨੂੰ ਥੱਪੜ ਪਤਾ ਨਹੀਂ ਮਾਰਿਆ ਕਿ ਨਹੀਂ ਮਾਰਿਆ, ਲੇਕਿਨ ਸਾਰੇ ਅਖਬਾਰਾਂ 'ਚ ਆਇਆ ਕਿ ਥੱਪੜ ਮਾਰਤਾ, ਜਾਂ ਮੈਂ ਕਹਿੰਦਾ ਧੱਕਾ ਵੀ ਮਾਰਤਾ, ਤਾਂ ਵੀ ਇਹ ਇੱਕ ਵੱਡੀ ਉਹ ਹੈ ਕਿ ਇੱਕ ਆਮ ਨਾਗਰਿਕ ਦੇ ਵਿੱਚ ਇੰਨਾ ਕੁ ਗੁੱਸਾ ਹੈ ਔਰ ਮੰਤਰੀ ਦੇ ਮਾਰਨ ਤੱਕ ਜਾ ਰਿਹਾ ਹੈ, ਇਹ ਛੋਟਾ ਗੁੱਸਾ ਨਹੀਂ ਹੈ। ਓਕੇ, ਮੈਂ ਬ੍ਰੇਕ 'ਤੇ ਜਾਣ ਤੋਂ ਪਹਿਲਾਂ ਇਹ ਵੀ ਅੱਜ ਇੱਕ ਬਹੁਤ ਵੱਡੇ ਅਖਬਾਰ ਨੇ ਇਹ ਵੀ ਲਿਖਿਆ ਕਿ ਵੀ ਜੇ ਇਸ ਤਰੀਕੇ ਦੇ ਨਾਲ ਡੈਮੋਕ੍ਰੇਸੀ ਦੇ ਅੰਦਰ ਜਿਹੜਾ ਹੈਗਾ ਇੱਕ ਦੂਜੇ 'ਤੇ ਅਟੈਕ ਹੋਣ ਲੱਗਣਗੇ ਤਾਂ ਇਹ ਵੀ ਕੋਈ ਵਧੀਆ ਹੱਲ ਨਹੀਂ ਹੈ। ਹਾਂ ਬਿਲਕੁਲ, ਮੈਂ ਖੁਦ ਕਹਿ ਰਿਹਾ ਵੀ ਤੁਹਾਨੂੰ ਵਧੀਆ ਹੱਲ ਨਹੀਂ ਹੈ, ਪਰ ਮੈਂ ਨਾਲ ਤੁਹਾਨੂੰ ਅਗਲੀ ਗੱਲ ਇਹ ਕਹਿ ਰਿਹਾ ਕਿ ਬਜਾਏ ਉਸਨੂੰ ਕੁੱਟਣ ਦੇ ਜੀ ਜੀ, ਸਾਨੂੰ ਉਹਨੂੰ ਬੁਲਾ ਕੇ ਉਹਦਾ ਮਸਲੇ ਹੱਲ ਕਰਨ ਵੱਲ ਚੱਲਣਾ ਚਾਹੀਦਾ ਜੀ ਜੀ। ਫਿਰ ਅਗਰ ਸਰਕਾਰ ਉਹ ਉੱਧਰ ਚੱਲਦੀ ਤਾਂ ਸ਼ਾਇਦ
ਅਸੀਂ ਸਦਭਾਵਨਾ ਵਾਕਈ ਬਣਾਉਣ ਦੇ ਵਿੱਚ ਕਾਮਯਾਬ ਹੋਕੇ ਓਕੇ ਬਜਾਏ ਕਿ ਸ਼ਕਤੀ ਪ੍ਰਦਰਸ਼ਨ ਕਿਉਂਕਿ ਅਕਾਲੀ ਦਲ ਪੋਲੀਟੀਕਲ ਪਾਰਟੀ ਹੈ ਉਹਦੀ ਸਰਵਾਈਵਲ ਹੈ ਅਗਰ ਉਹ ਸ਼ਕਤੀ ਪ੍ਰਦਰਸ਼ਨ ਇਸ ਤਰ੍ਹਾਂ ਦਾ ਨਹੀਂ ਕਰੇਗੀ ਤਾਂ ਸ਼ਾਇਦ ਬਿਲਕੁਲ ਹੀ ਹਾਸ਼ੀਏ ਤੇ ਉਹ ਤਾਂ ਇਹ ਤਾਂ ਜ਼ਰੂਰੀ ਵੀ ਸੀ ਉਹ ਕਰਨਾ ਹੀ ਪੈਣਾ ਜੀ ਜੀ ਓਕੇ ਇੰਦਰਜੀਤ ਜੀ ਥੈਂਕ ਯੂ ਵੈਰੀ ਮੱਚ ਅਸੀਂ ਆਪਣੇ ਮਹਿਮਾਨਾਂ ਦੇ ਨਾਲ ਬਠਿੰਡਾ ਦੇ ਅੰਦਰ ਜਿਹੜੀ ਸਦਭਾਵਨਾ ਰੈਲੀ ਹੋਈ ਹੈ ਉਸ ਨੂੰ ਅਲੱਗ ਅਲੱਗ ਨਜ਼ਰੀਏ ਨਾਲ ਕਿਸ ਤਰ੍ਹਾਂ ਦੇਖਿਆ ਜਾ ਰਿਹਾ ਬਹੁਤ ਅਹਿਮ ਮੁੱਦੇ ਹੈ ਜਿਨ੍ਹਾਂ ਮੁੱਦਿਆਂ 'ਤੇ ਅਸੀਂ ਚਰਚਾ ਜਾਰੀ ਰੱਖਾਂਗੇ ਪਰ ਨਿੱਕੀ ਜੀ ਬ੍ਰੇਕ ਦੇ ਬਾਅਦ ਗਲੋਬਲ ਪੰਜਾਬ ਟੀ ਵੀ ਦੇ ਦਰਸ਼ਕਾਂ ਦਾ ਮੁੜ ਇੱਕ ਸਵਾਗਤ ਹੈ ਬੀਬੀ ਲਾਂਡਰ ਨੇ ਜਿੱਦਾਂ ਆਪਾਂ ਬ੍ਰੇਕ ਤੋਂ ਪਹਿਲਾਂ ਇਸ ਮੁੱਦੇ 'ਤੇ ਚਰਚਾ ਕਰ ਰਹੇ ਸੀ ਖਾਸ ਤੌਰ 'ਤੇ ਕੱਲ੍ਹ ਸੀ ਡੀ ਕੰਬੋਜ ਨੇ ਕਈ ਜਿਹੜੇ ਇਸ਼ੂ ਰੇਜ਼ ਕੀਤੇ ਹੈ ਕਿ ਸਰਬੱਤ ਖਾਲਸਾ 'ਚ ਲੋਕ ਆਪਣੇ ਆਪ ਦੇ ਵਿੱਚ ਆਏ ਇੱਥੇ ਲੋਕਾਂ ਨੂੰ ਲਿਆਂਦਾ ਗਿਆ ਜਿਹੜਾ ਉਹਦੇ ਮੁਕਾਬਲੇ ਦੇ ਵਿੱਚ ਲੋਕਾਂ ਦਾ ਉਸ ਤਰ੍ਹਾਂ ਦਾ ਰਿਸਪੋਂਸ ਨਹੀਂ ਹੈ ਤੁਸੀਂ ਕੀ ਕਹੋਗੇ ਦੇਖੋ ਮੈਂ ਸਮਝਦੀ ਹਾਂ ਕਿ ਕੰਬੋਜ ਸਾਹਿਬ ਨੇ ਮਤਲਬ ਕੰਟਰਾਡਿਕਟਰੀ ਗੱਲ ਕੀਤੀ ਹੈ ਇੱਕ ਪਾਸੇ ਤਾਂ ਜਦੋਂ ਤਾਂ ਬਠਿੰਡਾ ਰੈਲੀ ਦੀ ਗੱਲ ਆਉਂਦੀ ਹੈ ਇਕੱਠ ਦੀ ਗੱਲ ਆਉਂਦੀ ਹੈ ਇਕੱਠ ਨੂੰ ਹੀ ਮੰਨਦੇ ਹੈ ਚਲੋ ਇਹਨਾਂ ਦਾ ਆਪਣਾ ਆਪਣੀਆਂ ਮਜਬੂਰੀਆਂ ਨੇ ਕਿ ਉਸ ਇਕੱਠ ਨੂੰ ਘਟਾ ਕੇ ਦੇਖਣਗੇ ਇਹ ਸਾਨੂੰ ਕੋਈ ਗੁੱਸਾ ਨਹੀਂ ਇਸ ਗੱਲ ਦਾ ਉੱਥੇ ਤਾਂ ਇਹ ਇਕੱਠ ਹੋ ਰਿਹਾ ਕਿ ਸਰਕਾਰੀ ਮਸ਼ੀਨਰੀ ਹੈ ਅਦਰਵਾਈਜ਼ ਪਰ ਸਰਬੱਤ ਖਾਲਸਾ ਦੇ ਵਿੱਚ ਵੀ ਸਾਨੂੰ ਆਪਣੇ ਸਾਰਿਆਂ ਦੇ ਸਾਹਮਣੇ ਆਇਆ ਕਿ ਉਹ ਇਕੱਠ ਦੇ ਵਿੱਚ ਵੀ ਕਿਸ ਤਰੀਕੇ ਨਾਲ ਜੋ ਸੋਸ਼ਲ ਮੀਡੀਆ ਅਤੇ ਅਦਰਵਾਈਜ਼ ਜੋ ਜਿਨ੍ਹਾਂ ਨੂੰ ਹਲੇ ਤੱਕ ਵੀ ਕਾਂਗਰਸ ਦੇ ਆਗੂਆਂ ਨੇ ਡਿਨਾਈ ਨਹੀਂ ਕੀਤਾ ਕਿ ਸਾਡੀਆਂ ਆਵਾਜ਼ਾਂ ਨਹੀਂ ਇਸ ਤਰੀਕੇ ਨਾਲ ਉਹ ਹਜ਼ਾਰਾਂ ਦਾ ਇਕੱਠ ਉਸ ਸਰਬੱਤ ਖਾਲਸਾ 'ਚ ਭੇਜਣ ਦੀ ਇੱਕ ਦੂਜੇ ਨੂੰ ਤਾਕੀਦ ਕਰ ਰਹੇ ਨੇ ਤਾਂ ਉਹ ਇਕੱਠ ਵੀ ਇਸੇ ਤਰੀਕੇ ਨਾਲ ਹੋਇਆ ਔਰ ਉਸ ਤੋਂ ਜ਼ਾਹਰ ਹੈ ਕਿ ਉਸ ਇਕੱਠ ਦੇ ਵਿੱਚ ਕਿਹੜੀਆਂ ਤਾਕਤਾਂ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਦੇ ਔਰ ਸਰਕਾਰ ਦੇ ਔਰ ਮੈਂ ਕਹਿੰਦੀ ਹਾਂ ਕਿ ਪੰਜਾਬੀ ਭਾਈਚਾਰਕ ਸਾਂਝ ਦੇ ਖਿਲਾਫ ਜਿਹੜੀਆਂ ਤਾਕਤਾਂ ਇਸ ਵਕਤ ਕੰਮ ਕਰ ਰਹੀਆਂ ਨੇ ਉਹਨਾਂ ਲੋਕਾਂ ਨੇ ਇਕੱਠੇ ਹੋ ਕੇ ਸਰਬੱਤ ਖਾਲਸਾ ਜੇ ਸਰਬੱਤ ਖਾਲਸਾ ਦਾ ਇਕੱਠ ਹੈ ਤਾਂ ਉਹ ਇਕੱਠ ਹੈ ਅਤੇ ਬਠਿੰਡਾ ਰੈਲੀ ਦਾ ਇਕੱਠ ਤੁਸੀਂ ਤੁਹਾਡੀਆਂ ਨਜ਼ਰਾਂ 'ਚ ਕੁਝ ਨਹੀਂ ਤੁਹਾਨੂੰ ਇਹ ਜਿਹੜਾ ਦੋਗਲੀਆਂ ਨੀਤੀਆਂ ਨੇ ਇਹ ਛੱਡ ਕੇ ਤੁਹਾਨੂੰ ਸਹੀ ਤਰੀਕੇ ਨਾਲ ਜੋ ਪੜਚੋਲ ਕਰਨੀ ਚਾਹੀਦੀ ਹੈ ਆਲੋਚਨਾ ਉਸਾਰੂ ਕਰੋ ਔਰ ਜੇਕਰ ਕੋਈ ਗੱਲ ਨਿਕਲਦੀ ਹੈ ਤਾਂ ਬਿਲਕੁਲ ਅਸੀਂ ਸਰਕਾਰ 'ਚ ਬੈਠੇ ਹਾਂ ਤਾਂ ਸਾਡੀ ਆਲੋਚਨਾ ਉਸਾਰੂ ਹੋਊਗੀ ਸਾਡੀਆਂ ਕਿਤੇ ਗਲਤੀਆਂ ਨੇ ਅਸੀਂ ਉਹ ਮੰਨ ਕੇ ਉਹਨਾਂ 'ਚ ਸੁਧਾਰ ਵੀ ਕਰਾਂਗੇ ਕਿ ਸੁਧਾਰ ਦੀ ਗੁੰਜਾਇਸ਼ ਹਮੇਸ਼ਾ ਹੋਣੀ ਚਾਹੀਦੀ ਹੈ ਓਕੇ ਬੀਬੀ ਲਾਂਡਰ ਜੀ ਇਸ ਮੁੱਦੇ 'ਤੇ ਇਹ ਵੀ ਗੱਲ ਆਉਂਦੀ ਹੈ ਕਿ ਜਿੱਦਾਂ ਇੰਦਰਪ੍ਰੀਤ ਜੀ ਨੇ ਵੀ ਗੱਲ ਕੀਤੀ ਹੈ ਕਿ ਜਿਹੜਾ ਬਠਿੰਡਾ ਦੀ ਸਦਭਾਵਨਾ ਰੈਲੀ ਹੈ ਉਹਨੂੰ ਅਕਾਲੀ ਦਲ ਨੇ ਕੀ ਜਿਹੜਾ ਹੈਗਾ ਇੱਕ ਸ਼ਕਤੀ ਪ੍ਰਦਰਸ਼ਨ ਦੇ ਤੌਰ 'ਤੇ ਲੈ ਕੇ ਆਏ ਹੈ ਦੇਖੋ ਸ਼ਕਤੀ ਪ੍ਰਦਰਸ਼ਨ ਨਹੀਂ ਮੈਂ ਕਹਾਂਗੀ ਕਿਉਂਕਿ ਇਹ ਜਿਹੜਾ ਜੋ ਇਹ ਮੰਦਭਾਗੀਆਂ ਘਟਨਾਵਾਂ ਪਿਛਲੇ ਡੇਢ ਕੁ ਮਹੀਨੇ ਤੋਂ ਚੱਲ ਰਹੀਆਂ ਨੇ ਉਹਨਾਂ ਤੋਂ ਪਹਿਲਾਂ ਵੀ ਜੇਕਰ ਤੁਹਾਡੇ ਯਾਦ ਹੋਵੇ ਆਪਾਂ ਨਿਊਜ਼ ਪੇਪਰਾਂ ਦੇ ਵਿੱਚ ਵੀ ਉਹ ਗੱਲ ਆਈ ਹੈ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਪ੍ਰੋਗਰਾਮ ਬਣ ਗਿਆ ਸੀ ਕਿ ਹਲਕਾ ਪੱਧਰ 'ਤੇ ਜਾ ਕੇ ਅਸੀਂ ਆਪਣੇ ਹੁਣ ਤੱਕ ਦੇ ਕੰਮ ਉਹ ਚਿੱਠਾ ਅਸੀਂ ਲੋਕਾਂ ਦੇ ਵਿੱਚ ਰੱਖਾਂਗੇ ਅਤੇ ਉਹਨਾਂ ਤੋਂ ਸੁਝਾਅ ਵੀ ਲਵਾਂਗੇ ਸੋ ਦੈਟ ਜੋ ਅਗਲਾ ਇੱਕ ਸਾਲ ਹੈ ਉਹ ਵਿਕਾਸ ਦੇ ਵਰੇ ਦੇ ਰੂਪ ਦੇ ਵਿੱਚ ਅਸੀਂ ਮਨਾਈਏ ਈਵਨ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਵਿੰਗਸ ਨੇ ਚਾਹੇ ਇਸਤਰੀ ਵਿੰਗ ਹੈ ਚਾਹੇ SOI ਹੈ ਚਾਹੇ ਉਹ ਯੂਥ ਵਿੰਗ ਹੈ ਉਹਨਾਂ ਨੂੰ ਵੀ ਤਾਕੀਦ ਕੀਤੀ ਸੀ ਕਿ ਆਪਣੇ ਆਪਣੇ ਪੱਧਰ 'ਤੇ ਉਹ ਰੈਲੀਆਂ ਕਰਨ ਸੋ ਉਹ ਪ੍ਰੋਗਰਾਮ ਆਲਰੇਡੀ ਬਣੇ ਹੋਏ ਸੀ ਪਰ ਵਿੱਚੋਂ ਇਹ ਮਾਹੌਲ ਖਰਾਬ ਹੋਣ ਕਰਕੇ ਉਹ ਉਹਨਾਂ ਪ੍ਰੋਗਰਾਮਾਂ ਦਾ ਇੱਕ ਹਿੱਸਾ ਇਹ ਨਹੀਂ ਕਿ ਉਚੇਚੇ ਤੌਰ 'ਤੇ ਹਾਂ ਇਹ ਹੈਗਾ ਕਿ ਮਾਹੌਲ ਜਿਵੇਂ ਦਾ ਖਰਾਬ ਕਰਨ ਦਾ ਵਿਰੋਧੀਆਂ ਨੇ ਕੋਸ਼ਿਸ਼ ਕੀਤੀ ਹੈ ਅਤੇ ਉਸ ਸਦਭਾਵਨਾ ਦਿਖਾਉਣਾ ਕਿ ਪੰਜਾਬੀਆਂ ਦਾ ਰੂਪ ਕੀ ਹੈ ਪੰਜਾਬੀ ਨਹੀਂ ਚਾਹੁੰਦੇ ਕੋਈ ਵੀ ਚਾਹੇ ਹਿੰਦੂ ਜਾਂ ਸਿੱਖ ਕੋਈ ਵੀ ਜਿਹੜੇ ਕਿ ਉਹ 84 ਦਾ ਦੌਰ ਮੁੜ ਕੇ ਵਾਪਸ ਇਸ ਚੀਜ਼ ਤੋਂ ਡਰਦੇ ਸਰਬੱਤ ਖਾਲਸਾ 'ਚ ਇਹ ਲੋਕ ਕਹਿੰਦੇ ਨੇ ਕਿ 80% ਲੋਕ ਨੇ ਮਾਲਵਾ ਪੱਟੀ ਤੋਂ ਆਏ ਸੀ ਉਹਨਾਂ ਲੋਕਾਂ ਨੇ ਹੀ ਅੱਜ ਬਠਿੰਡੇ ਦੀ ਰੈਲੀ 'ਚ ਸਾਬਤ ਹੋ ਕੇ ਕਹਿ ਦਿਆ ਕਿ ਅਸੀਂ 84 ਦੇ ਵਰਗੇ ਕਾਲੇ ਦੌਰ ਨੂੰ ਵਾਪਸ ਲਿਆਉਣ ਤੋਂ ਜੀ ਜੀ ਬੀਬਾਈ ਅਸੀਂ ਇਹ ਜਾਣਨਾ ਚਾਹੁੰਦੇ ਹਾਂ ਜਿੱਦਾਂ ਬੀਬਾ ਜੀ ਨੇ ਇਸ਼ੂ ਰੇਜ਼ ਕੀਤਾ ਜਿਹੜਾ ਕੰਸੀਡੀ ਕੰਬੋਜ਼ ਕੇ ਵੀ ਇਹਨਾਂ ਦਾ ਕਹਿਣਾ ਕਿ ਜਿਹੜੀ ਵਿਰੋਧੀ 'ਤੇ ਰਹਿਗੀ ਹੈ ਉਹ ਮਾਹੌਲ ਨੂੰ ਵਿਗਾੜਨਾ ਚਾਹੁੰਦੀ ਹੈ ਸ਼ਕਤੀ ਪ੍ਰਦਰਸ਼ਨੀ ਸਦਭਾਵਨਾ ਦੇ ਤੌਰ 'ਤੇ ਲੋਕਾਂ ਨੂੰ ਨਾ ਜੋੜਨ ਦੇ ਲਈ ਉਹ ਰੈਲੀ ਕੀਤੀ ਗਈ ਆਈ ਐਮ ਸੌਰੀ ਟੂ ਸੇ ਸਿੱਧੂ ਸਾਹਿਬ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਬੀਬੀ ਜੀ ਇਸ ਗੱਲ ਦੇ ਉੱਤੇ ਜ਼ੋਰ ਪਾ ਰਹੇ ਨੇ ਕੌਣ ਮਾਹੌਲ ਖਰਾਬ ਕਰ ਸਕਦਾ ਦੈਟ ਨੋਬਡੀ ਤੁਸੀਂ ਇਸ ਗੱਲ ਦਾ ਇਹਨਾਂ ਨੇ ਹਾਲੇ ਤੱਕ ਜਵਾਬ ਨਹੀਂ ਦਿੱਤਾ ਕਿ ਜੋ ਗੱਲਾਂ ਹੋਈਆਂ ਨੇ ਹਾਲੇ ਤਾਂ ਮੈਂ ਕੁਛ ਹੀ ਗਿਣੀਆਂ ਸੀ ਉਹਦੇ ਵਿੱਚ ਅਨੇਕਾਂ ਹੋਰ ਗੱਲਾਂ ਨੇ ਕਿ ਲੋਕ ਵੀ ਨਸ਼ੇ ਦੇ ਵਪਾਰੀ ਨੇ ਰੇਤਾ ਬਜਰੀ ਮਹਿੰਗੀ ਹੋ ਗਈ ਦੇਰ ਆਰ ਨੰਬਰ ਆਫ ਇਸ਼ੂਜ ਇੱਕ ASI ਆਪਣੀ ਬੇਟੀ ਦੀ ਇੱਜ਼ਤ ਬਚਾਉਣ ਲੱਗਾ ਅਤੇ ਉਹਨੂੰ ਸੜਕ ਦੇ ਉੱਤੇ ਜਿਹੜਾ ਹੈਗਾ ਉਹ ਜਿੱਦਾਂ ਖਰਗੋਸ਼ ਕੁੱਟੀ ਦਾ ਇੱਦਾਂ ਕਰਕੇ ਉਹਨੂੰ ਮਾਰਿਆ ਇਹ ਛੋਟੀਆਂ ਛੋਟੀਆਂ ਗੱਲਾਂ ਜਮ੍ਹਾਂ ਹੋ ਕੇ ਜਿਹੜਾ ਗੁੱਸਾ ਸੀ ਉਹਨੇ ਕਹਿੰਦੇ ਨੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਤੁਹਾਡੀ ਸਰਕਾਰ ਹੈ
जे तुहाडी एडमिनिस्ट्रेशन अच्छी है जी, जे लोकी तुहाडे तों खुश ने, जे तुहाडे राज नूं अच्छा राज मनदे ने, ते कौन माहौल खराब कर सकदा है। नहीं पर कहना इन्हों का यह कहना है कि भी विरोधी धिर जी है आम आदमी पार्टी के कांग्रेस की सुरबत खालसा डटवी हिमायत रही ये भी आम आदमी पार्टी एक मिनट मेरी गल सुनो मैं दसो आम आदमी पार्टी की गल मैं आम आदमी पार्टी की गल कर रहा जी जी मैं दसो आम आदमी पार्टी का केड़ा लीडर गया कितों लैके गया बंदा कौन गया जो जस्ट जिहड़ा है आप इल्जाम किसी के सिर के उत्ते मढ़ देना दैट इज़ नो आंसर लोग तुसी इस गल नूं जस्टिफाई नहीं कर सकते तुसी मेरी इन्नी उम्र हो गई है तुसी मैं तो थोड़े छोटे होवोगे मैनूं दसो अज तक कदे इदां होया कि लोकी डंडे लैके इन्हां दे जिहड़े लीडर ने अकालियां नूं सड़कां दे उत्ते कुट्टण दिओ अगे हाए हाए बचाओ बचाओ करदे जाओ इह शर्म दी गल नहीं कि डिप्टी चीफ मिनिस्टर नूं कंध तोड़ के गुरुद्वारे जाके मत्था टेकना पवे ते उह उत्थों भज जावे इह शर्म दी गल नहीं कि बीबी उपिंदरजीत कौर नूं कपूरथले दे गुरुद्वारे चों पुलिस जिहड़ी है बचा के पिछले दरवाजे थाणी कढ के लैके जावे ਤੁਸੀਂ ਇਹ ਮਾਹੌਲ ਕੌਣ ਖਰਾਬ ਕਰ ਰਹੇ ਹੋ ਇਹਨਾਂ ਦਾ ਕਹਿਣਾ ਕਿ ਜਿਹੜਾ ਮਾਹੌਲ ਖਰਾਬ ਕਰਨ ਵਾਲੀ ਐਲੀਮੈਂਟ ਹੈ ਉਹ ਇਹ ਸਾਰੀਆਂ ਹਰਕਤਾਂ 'ਚ ਸ਼ਾਮਲ ਹੈ ਉਹ ਵੈਨ ਦੈਟਸ ਵਾਟ ਆਈ ਐਮ ਟੈਲਿੰਗ ਯੂ ਸਿੱਧੂ ਸਾਹਿਬ ਜੀ ਦੈਟ ਇਜ਼ ਵਾਟ ਆਈ ਐਮ ਵਾਂਟ ਟੂ ਐਮਫੇਸਾਈਜ਼ ਕਿ ਵੀ ਇਹ ਗੱਲਾਂ ਤੁਸੀਂ ਕਹਿ ਦਿਓ ਕਰਦੇ ਪਰ ਉਸ ਮਾਹੌਲ ਨੂੰ ਜੇ ਖਰਾਬ ਹੋਣ ਤੱਕ ਇੱਥੇ ਤਾਂ ਹੀ ਪਹੁੰਚਾਇਆ ਕਿੰਨੇ ਜਿੰਨੀਆਂ ਗੱਲਾਂ ਮੈਂ ਕਹੀਆਂ ਤੇ ਹੋਰ ਵਿੱਚ ਵੀ ਜੋੜ ਦਿੰਦਾ ਉਹਦਾ ਜਵਾਬ ਕਿੱਥੇ ਹੈ ਮਾਸਟਰਾਂ ਨੂੰ ਕੁੱਟ ਦਿਓ ਜੋ ਈਟੀ ਟੀਚਰ ਹੈ ਉਹ ਆਪਣਾ ਮੰਗਰੇ ਨੇ ਉਹਨਾਂ ਨੂੰ ਕੁੱਟ ਦਿਓ ਤੁਹਾਡੀ ਕਪਾਹ ਖਤਮ ਹੋ ਗਈ ਤੁਹਾਡੇ ਆਲੂਆਂ ਦੇ ਪੈਸੇ ਨਹੀਂ ਮਿਲੇ ਤੁਹਾਨੂੰ ਚੀਨੀ ਦੇ ਪੈਸੇ ਨਹੀਂ ਦੇ ਹੋਏ ਉਹ ਜਿਹੜੇ ਲੋਕ ਨੇ ਉਹਨਾਂ ਦਾ ਜਿਹੜਾ ਗੁੱਸਾ ਅੰਦਰ ਭਰਿਆ ਹੋਇਆ ਉਹ ਕਿਤੇ ਕੱਢਣਾ ਚਾਹੁੰਦੇ ਸੀ ਤੁਹਾਨੂੰ ਲੱਗਦਾ ਹੈ ਕਿ ਗੁੱਸੇ ਦਾ ਪ੍ਰਗਟਾਵਾ ਓਕੇ ਓਕੇ ਕੋਈ ਜੇ ਤੁਸੀਂ ਭਾਜੀ ਜੇ ਪਟਾਕੇ 'ਚ ਬਰੂਦ ਹੈ ਨਹੀਂ ਤੁਸੀਂ ਜਿੰਨੀ ਮਰਜ਼ੀ ਅੱਗ ਲਾਈ ਜਾਓ ਕੁਛ ਨਹੀਂ ਹੋਣ ਲੱਗਾ ਉਹ ਬਰੂਦ ਪਟਾਕਾ ਤਾਂ ਹੀ ਫਟਣਾ ਜੇ ਉਹਦੇ ਵਿੱਚ ਹੋਵੇ ਲੋਕੀ ਬਰੂਦ ਜਿੱਦਾਂ ਪਟਾਕਿਆਂ 'ਚ ਭਰਿਆ ਪਿਆ ਉੱਦਾਂ ਭਰੇ ਪਏ ਨੇ ਗੁੱਸੇ ਪੀਤੇ ਨਾਲ ਔਰ ਉਹਨਾਂ ਨੂੰ ਕਿਸੇ ਚੀਜ਼ ਦੀ ਲੋੜ ਨਹੀਂ ਸੀ ਉਹ ਉਹਨਾਂ ਨੂੰ ਮੌਕਾ ਚਾਹੀਦਾ ਸੀ ਜਿਹੜਾ ਉਹਨਾਂ ਨੇ ਦਿਖਾਇਆ ਓਕੇ ਓਕੇ ਜੀ ਜੀ ਇਹਦੇ ਵੀ ਜਿਹੜੇ ਬਠਿੰਡਾ ਦੀ ਰੈਲੀ ਹੋਈ ਹੈ ਜਿੱਦਾਂ ਬੀਬੀ ਲਾਂਡਰਾਂ ਦਾ ਕਹਿਣਾ ਹੈ ਕਿ ਵੀ ਇਹ ਗੱਲ ਦਾ ਇਹ ਵੀ ਜਵਾਬ ਹੈ ਕਿ ਜਿੱਦਾਂ ਪੰਜਾਬ 'ਚ ਸਥਿਤੀ ਕੁਛ ਐਲੀਮੈਂਟ ਨੇ ਵਿਗਾੜਨ ਦੀ ਕੋਸ਼ਿਸ਼ ਕੀਤੀ ਗਈ ਉਹਦੇ ਮੁਕਾਬਲੇ ਦੇ 'ਚ ਇੱਕ ਮੈਸੇਜ ਦੇਣ ਦਾ ਯਤਨ ਕੀਤਾ ਗਿਆ ਕਾਰਨ ਸੀ ਡੀ ਆਪਣੇ ਵੱਖਰੇ ਤੌਰ 'ਤੇ ਸੋਚਦੇ ਤੁਹਾਡੀ ਕੀ ਰਾਏ ਨਹੀਂ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਸਰ ਕਿ ਤੁਸੀਂ ਇੱਕ ਗੱਲ ਨੋਟ ਕਰੋ ਪਿਛਲੀਆਂ ਜਿੰਨੀਆਂ ਵੀ ਘਟਨਾਵਾਂ ਹੋਈਆਂ ਘਟਨਾ ਛੋਟੀ ਹੋਵੇ ਚਾਹੇ ਵੱਡੀ ਹੋਵੇ ਗੁੱਸਾ ਗੁੱਸੇ ਦਾ ਸਕੇਲ ਓਨਾ ਹੀ ਹੁੰਦਾ ਸੋ ਇਹ ਕੰਬੋਜ ਸਾਹਿਬ ਦੀ ਗੱਲ ਤਾਂ ਠੀਕ ਹੈ ਕਿ ਜਿਹੜੇ ਛੋਟੇ ਛੋਟੇ ਇਸ਼ੂਜ਼ ਹੈਗੇ ਹੈ ਉਹਨੂੰ ਅਸੀਂ ਟੈਕਲ ਨਹੀਂ ਕਰ ਪਾ ਰਹੇ ਮਤਲਬ ਪ੍ਰੋਬਲਮ ਉੱਥੇ ਹੈ ਜਦੋਂ ਤੁਸੀਂ ਟੈਕਲ ਕਰਨ ਦੀ ਬਜਾਏ ਖੁਦ ਉਹਨਾਂ ਨੂੰ ਦੌੜਾ ਦੌੜਾ ਕੇ ਕੁੱਟਣ ਮੈਂ ਇਸ ਗੱਲ ਇਹ ਨਹੀਂ ਕਰਾਂ ਕਿ ਅਕਾਲੀ ਦਲ ਹੀ ਕਰ ਰਿਹਾ ਉਸ ਤੋਂ ਪਹਿਲਾਂ ਕਾਂਗਰਸ ਵੀ ਇਹੀ ਕਰਦੀ ਰਹੀ ਹੈ ਤੁਸੀਂ ਤੁਹਾਨੂੰ ਯਾਦ ਹੋਊਗਾ ਲੁਧਿਆਣੇ ਯੂਨੀਵਰਸਿਟੀ ਦੇ ਬਾਹਰ ਉਹ ਕੁੜੀਆਂ ਨੂੰ ਕਿਸ ਤਰ੍ਹਾਂ ਕੁੱਟ ਕੁੱਟ ਕੇ ਕੱਢਿਆ ਸਰਕਾਰਾਂ ਦਾ ਇਹੀ ਕੰਮ ਜਦੋਂ ਅਸਲ 'ਚ ਕੀ ਹੈ ਕਿ ਜਦੋਂ ਆਪਾਂ ਕੁਰਸੀ ਦੇ ਇਸ ਪਾਸੇ ਬੈਠ ਕੇ ਦੇਖਦੇ ਹਾਂ ਤਾਂ ਚੀਜ਼ ਹੋਰ ਤਰ੍ਹਾਂ ਨਜ਼ਰ ਆਉਂਦੀ ਹੈ ਜਦੋਂ ਕੁਰਸੀ ਦੇ ਇਸ ਪਾਸੇ ਆਉਂਦਾ ਤਾਂ ਕੁਰਸੀ ਨੇ ਚੀਜ਼ ਹੋਰ ਨਜ਼ਰ ਆਉਂਦੀ ਹੈ ਵੀ ਜੀ ਮੈਂ ਤੁਹਾਡੀ ਗੱਲ 'ਚ ਮੈਂ ਐਡ ਕਰਨਾ ਚਾਹੁੰਦਾ ਹੁਣ ਕੱਲ੍ਹ ਸੀ ਡੀ ਸਿੰਘ ਆਮ ਆਦਮੀ ਪਾਰਟੀ ਦੇ ਵਿੱਚ ਨੁਮਾਇੰਦਗੀ ਕਰ ਰਿਹਾ ਤੁਹਾਨੂੰ ਯਾਦ ਹੋ ਗਿਆ ਕਿ ਕਾਂਗਰਸ ਨੇ ਦੋ ਜਿਹੜੇ ਚੰਗੇ ਕਲਾਕਾਰਾਂ ਨੂੰ ਉਸ ਕਤਲ ਦੇ ਅੰਦਰ ਹੀ ਉਹਨਾਂ ਦਾ ਚੂਤ ਪਟਾਂ ਕੀਤਾ ਕਹਿ ਰਿਹਾ ਕਿ ਜਦੋਂ ਤੁਸੀਂ ਤੁਹਾਡੀ ਸਥਿਤੀ ਚੇਂਜ ਹੋ ਜਾਂਦੀ ਹੈ ਨਾ ਉਦੋਂ ਤੁਸੀਂ ਤੁਹਾਡੇ ਅਲਫਾਜ਼ ਵੀ ਚੇਂਜ ਹੋ ਜਾਂਦੇ ਉਦੋਂ ਤੁਸੀਂ ਉਹਨੂੰ ਜਸਟੀਫਾਈ ਵੀ ਕਰਨ ਲੱਗ ਜਾਂਦੇ ਪਰ ਇਸ਼ੂ ਉੱਥੇ ਦਾ ਉੱਥੇ ਹੀ ਰਹਿੰਦਾ ਹੁਣ ਵੀ ਪ੍ਰੋਬਲਮ ਹੈ ਤੁਸੀਂ ਦੇਖੋ ਬੱਸ 'ਚੋਂ ਇੱਕ ਲੇਡੀ ਨੂੰ ਧੱਕਾ ਮਾਰ ਕੇ ਤੁਸੀਂ ਮਤਲਬ ਸੱਤਾਧਾਰੀ ਦਲ ਦੀ ਆਪਣੀ ਬੱਸ 'ਚ ਤੁਸੀਂ ਕੋਈ ਸੁੱਟ ਦਿੰਦਾ ਕਿੰਨਾ ਵੱਡਾ ਇਸ਼ੂ ਖੜਾ ਹੋ ਜਾਂਦਾ ਹਾਲਾਂਕਿ ਇਹੋ ਜਿਹੀਆਂ ਘਟਨਾਵਾਂ ਹੋਰ ਬਹੁਤ ਬੱਸਾਂ 'ਚ ਨਾਲ ਹੁੰਦੀਆਂ ਹੋਣਗੀਆਂ ਸੇਮ ਹੀ ਹੁੰਦੀਆਂ ਹੋਣਗੀਆਂ ਲੇਕਿਨ ਕਦੀ ਰਿਪੋਰਟ ਵੀ ਨਹੀਂ ਹੋਈ ਲੋਕਾਂ ਦਾ ਗੁੱਸਾ ਹੈ ਹਾਂ ਜਦੋਂ ਉਹ ਗੁੱਸਾ ਬਰੂਦ ਬਣ ਕੇ ਬਾਹਰ ਆਉਂਦਾ ਨਾ ਤਾਂ ਫਿਰ ਤੁਹਾਨੂੰ ਸੋਚਣਾ ਪਏਗਾ ਕਿ ਇਹਦਾ ਮਤਲਬ ਕਿਤੇ ਨਾ ਕਿਤੇ ਕੋਈ ਕਮੀ ਹੈ ਜਿਹਨੂੰ ਸਰਕਾਰ ਹੱਲ ਨਹੀਂ ਕਰ ਪਾ ਰਹੀ ਉਹ ਹੱਲ ਕਰਨ ਦੀ ਦਿਸ਼ਾ ਵੱਲ ਆਪਾਂ ਕਿਵੇਂ ਵਧਣਾ ਜੀ ਇਸ ਗੱਲ ਇਹ ਵੱਲ ਨਹੀਂ ਸੋਚੀ ਜਾ ਰਹੀ ਬਾਰ ਬਾਰ ਫਿਰ ਉਹੀ ਧਮਕੀਆਂ ਐਲੀਗੇਸ਼ਨ ਜਿਸ ਤਰ੍ਹਾਂ ਹੁਣ ਇਸ ਵਾਰੀ ਹੋ ਰਿਹਾ ਹੁਣ ਮਤਲਬ ਅਗਰ ਉਹ ਸਰਬੱਤ ਖਾਲਸਾ ਬੁਲਾ ਲਿਆ ਤਾਂ ਸਾਰੀ ਚੀਜ਼ ਪਾਕਿਸਤਾਨੀ ਮਤਲਬ ਉਹ ਖਾਲਿਸਤਾਨੀ ਜਾਂ ਪਾਕਿਸਤਾਨੀ ਇਸ ਤਰ੍ਹਾਂ ਬਣਾ ਕੇ ਪੇਸ਼ ਕਰ ਰਹੇ ਹੋ ਤੁਹਾਨੂੰ ਦੱਸਣਾ ਚਾਹੀਦਾ ਹੈ ਕਿ ਬਈ ਵਾਕਈ ਲੋਕ ਜੇ ਦੁਖੀ ਹੈਗੇ ਹੈ ਤਾਂ ਉਹ ਕਿੰਨਾ ਮਸਲੇ ਹੱਲ ਕਰਨ ਦੀ ਜ਼ਰੂਰਤ ਹੈ ਜੀ ਜੀ ਮਸਲੇ ਹੱਲ ਕਰਨ ਤਾਂ ਮੈਨੂੰ ਤਾਂ ਨਹੀਂ ਲੱਗਦਾ ਕਿ ਚਾਹੇ ਫਿਰ ਜਿੰਨਾ ਮਰਜ਼ੀ ਵਿਰੋਧ ਕਰੀ ਜਾਓ ਕੋਈ ਤਾਂ ਉਹ ਨਹੀਂ ਹੋਏਗਾ ਇਹ ਬਾਲ ਸਾਹਿਬ ਵਰਗੇ ਜਿਹੜੇ ਸਟੇਟਸਮੈਨ ਹੈਗੇ ਆ ਮੈਨੂੰ ਲੱਗਦਾ ਕਿ ਉਹਨਾਂ ਨੂੰ ਇਹ ਸਿਚੁਏਸ਼ਨ ਸਾਂਭਣ ਲਈ ਆਏ ਤਾਂ ਹੈ ਅੱਗੇ ਉਹਨਾਂ ਨੇ ਪਿੱਛੇ ਤਿੰਨ ਚਾਰ ਜਿਹੜੇ ਡਿਸੀਜਨ ਉਹਨਾਂ ਦੇ ਲਿੱਤੇ ਹੈ ਚਾਹੇ ਡੀ ਜੀ ਪੀ ਨੂੰ ਹਟਾਉਣ ਦਾ ਮਾਮਲਾ ਹੋਏ ਚਾਹੇ ਕੁਛ ਹੋਰ ਜਿਹੜੇ ਡਿਸੀਜਨ ਦਿੱਤੇ ਉਹ ਉਸ ਕੜੀ ਬਹੁਤ ਕੁਛ ਕਰਨ ਦੀ ਜ਼ਰੂਰਤ ਹੈ ਬੀਬੀ ਲਾਂਡਰ ਜਦੋਂ ਆਪਾਂ ਗੱਲ ਕਰਦੇ ਹਾਂ ਜਿਹੜੀ ਉੱਥੇ ਸਦਭਾਵਨਾ ਰੈਲੀ ਹੋਈ ਹੈ ਜਿਹਦੇ 'ਚ ਆਪਾਂ ਮੁੱਦਿਆਂ ਦੇ ਉੱਤੇ ਵੀ ਜਾਈਏ ਆ ਜਿਹੜੇ ਉੱਥੇ ਬੁਲਾਰੇ ਬੋਲੇ ਹੈ ਕਰ ਦੋ ਤਾਂ ਜਿੱਦਾਂ ਇਹਨਾਂ ਨੇ ਗੱਲ ਕੀਤੀ ਹੈ ਕਿ ਇਸ਼ੂਜ਼ 'ਤੇ ਗੱਲ ਕਰਨ ਦੀ ਬਜਾਏ ਜਿੱਦਾਂ ਕੇਜਰੀਵਾਲ ਜਿਹੜਾ ਹੈਗਾ ਚੀਫ ਮਿਨਿਸਟਰ ਨੇ ਦਿੱਲੀ ਦੇ ਔਰ ਇੱਕ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਸਰਵੋਸਵਾਲ ਜਿਹੜਾ ਹੈਗਾ ਉਹਨਾਂ ਨੂੰ ਇਹ ਕਿਹਾ ਜਾ ਰਿਹਾ ਕਿ ਵੀ
एक टोपी वाला केजरीवाल जिहड़ा हैगा जदों इदां दीआं असीं जिहड़ी शब्दावली वरते हैं लगता नहीं कि फिर सद्भावना तां किते गुआच जांदी है। जो मकसद सी रैली दा जी उहदे च ठीक है, देखो इल्जामबाजी जरूर हुंदी आ, उह जरूरी नहीं कि अज दी रैली च होई आ, उस तों पहलां वी होईआं ने। ओके बल्कि मैं कहिंदी आं कि जिवें आपां सरबत खालसे क्योंकि हुणे उह हो के हटी, आपां बार बार इस गल दा इस करके जिक्र करदे आ, उत्थे जिस जिहड़े अपशब्द बोले उहदे बारे दस्सो ना। नहीं की अपशब्द, टोपी टोपी लंदे ने जे टोपी वाला कह भी दिता तो मेरे ख्याल च इहदे च बहुता गुस्सा करन वाली भी की गल है, टोपी लंदे ने तां उहदे च की हर्ज है, जे कह भी दिता तां इहदे च कोई डेरोगेटरी कोई गल नहीं हैगी। ठीक है, उस बंदे दा जिक्र होया उत्थे, ठीक है ना, इट इज नॉट डेरोगेटरी। नहीं मेरे मेरे मुताबिक तां नहीं, कि टोपी वाला एक टोपी पाई हुई है, जे टोपी वाला कहता तां उहदे च डेरोगेटरी की है, जे पग वाले नूं पग वाला कहा जावे असीं दुपट्टा लिया है तां इहदे च डेरोगेटरी की है। पकौड़ बन के आ गए सिद्धू साहब सज्जन बैठे सी, ओ मेरे नाल लड़ पए कि तुसीं ओनू साहब क्यों कहा, ओने पंजाब नू बर्बाद करता, ओने ये करता। अपने मेहमानां दे नाल बठिंडा दी सद्भावना रैली दे लैके जिहड़े इशू उभरे है उन्हां मुद्दिआं ते चर्चा कर रहे हैं। ये चर्चा क्योंकि अहम मुद्दा हैगा, असीं दो पड़ा भी करांगे। पहले पड़ा की चर्चा च शामिल होने मैं कर्नल सीडी सिंह कंबोज, बीबी लांडरा जी इंदपीत तिना मेहमाना का धनवादी हैं। और दर्शकों के लिए पहलों की तरह यह स्नेहा यह है कि इस पड़ा की जी अगली चर्चा आ रही है वो देखना भी तुसीं ना खुंझना।